ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ Exam Job Hub ਦੇ ਵਿੱਚ ਤੇ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਟਰ ਪਲੱਸ ਬੀ ਬੋਰਡ ਦੇ ਵੱਲੋਂ ਜੋ ਕਿ ਇੱਕ ਨਵਾਂ ਨੋਟਿਸ ਅੱਜ ਜਾ ਰਿਹਾ ਹੋ ਚੁੱਕਿਆ ਹੈ ਤੇ ਇਹ ਨੋਟਿਸ ਹੈ ਜੋ ਕਿ ਸਕੂਲ ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀਅਨ ਦੀ ਪੋਸਟ ਅਮਾਸਟੇ ਕਾਉਂਸਲਿੰਗ ਡੇਟ ਜੋ ਕਿ ਇਹਨਾਂ ਨੇ ਅਨਾਉਂਸ ਕਰ ਦਿੱਤੀ ਗਈ ਹੈ ਤੇ ਇਹਨਾਂ ਦੀ ਕਾਉਂਸਲਿੰਗ ਕਦੋਂ ਕੰਡਕਟ ਹੋਣ ਵਾਲੀ ਹੈ ਸਭ ਕੁਝ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ बेल आइकन ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੱਟਆਫ ਵੀ ਜੋ ਕਿ ਆ ਚੁੱਕੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਟੋਟਲ ਅਸਾਮੀਆਂ ਬਾਰੇ ਗੱਲ ਕਰਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ 59 ਇਹਨਾਂ ਦੀ ਟੋਟਲ ਅਸਾਮੀਆਂ ਸੀ ਤੇ ਇਹਨਾਂ ਦਾ ਜੋ ਕਿ ਰਿਟਨ ਐਗਜ਼ਾਮੀਨੇਸ਼ਨ ਹੈ 10 2022 ਨੂੰ ਜੋ ਕਿ ਰਿਟਨ ਐਗਜ਼ਾਮੀਨੇਸ਼ਨ ਇਹਨਾਂ ਦਾ ਲਿਆ ਗਿਆ ਸੀ ਤੇ ਇਹਨਾਂ ਦਾ ਜੋ ਕਿ ਰਿਜ਼ਲਟ ਹੈ 23 11 2022 ਨੂੰ ਜਾਰੀ ਕਰ ਦਿੱਤਾ ਗਿਆ ਸੀ ਬਟ ਹੁਣ ਕਾਉਂਸਲਿੰਗ ਵਾਸਤੇ ਜੋ ਕੈਟਾਗਰੀ ਵਾਈਜ਼ ਇੱਥੇ ਕੱਟਆਫ ਬਣਾਈ ਗਈ ਹੈ ਤੇ ਇਹਨਾਂ ਦੀ ਕਾਉਂਸਲਿੰਗ ਹੈ 9 12 2022 ਇਹਨੂੰ ਤੋਂ ਹੋਣ ਵਾਲੀ ਹੈ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੁਸੀਂ ਵਣ ਭਵਨ ਸੈਕਟਰ 68 ਮੁਹੱਲੇ ਵਿਖੇ ਤੁਸੀਂ ਆਪਣੀ ਕਾਉਂਸਲਿੰਗ ਵਾਸਤੇ ਜਾ ਸਕਦੇ ਹੋ ਤੇ ਇੱਥੇ ਸਕੂਲ ਲਾਇਬ੍ਰੇਰੀਨ ਅਤਲ ਜੋ ਕਿ ਲਾਇਬ੍ਰੇਰੀਨ ਦੀ ਪੋਸਟ ਵਾਸਤੇ ਜਿਹੜੇ ਵੀ ਕੈਟਾਗਰੀ ਵਾਈਜ਼ ਜੋ ਕੈਂਡੀਡੇਟਸ ਅੱਦੇ ਗਏ ਹਨ ਉਹਨਾਂ ਨੂੰ ਤੁਸੀਂ ਇੱਥੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਸਕੂਲ ਲਾਇਬ੍ਰੇਰੀਨ ਵਾਸਤੇ ਤੇ ਇੱਥੇ ਕੈਟਾਗਰੀ ਵਾਈਜ਼ ਐਸਸੀ ਐਮ ਐਂਡ ਬੀ ਤੇ ਇਹਨਾਂ ਦੀ ਜੋ ਕਿ ਕੱਟਆਫ ਗਈ ਹੈ 61 ਨੰਬਰ ਤੋਂ ਲੈ ਕੇ 120 ਤੱਕ ਜਿਨ੍ਹਾਂ ਦੇ ਨੰਬਰ ਹਨ ਉਹ ਇੱਥੇ ਆਪਣੀ ਕਾਉਂਸਲਿੰਗ ਵਾਸਤੇ ਜਾ ਸਕਦੇ ਹਨ ਤੇ ਕੁੱਲ ਉਮੀਦਵਾਰ ਇਹਨਾਂ ਨੇ ਸਿਰਫ 12 ਹੀ ਸੱਦੇ ਗਏ ਹਨ ਕਿਉਂਕਿ ਟੋਟਲ ਇਹਨਾਂ ਦੀ ਵੈਕੈਂਸੀਆਂ ਹੀ ਬਹੁਤ ਘੱਟ ਸੀ ਇਸ ਕਰਕੇ ਇਹਨਾਂ ਨੇ 3 ਗੁਣਾ ਜੋ 2 ਗੁਣਾ ਜੋ ਕੈਂਡੀਡੇਟ ਹਨ ਉਹ ਕਾਉਂਸਲਿੰਗ ਵਾਸਤੇ ਸੱਦੇ ਹੋਣਗੇ ਇਸ ਤੋਂ ਬਾਅਦ ਐਸਸੀ ਆਰਓ ਦੀ ਤੁਸੀਂ ਕੱਟਆਫ ਦੇਖ ਸਕਦੇ ਹੋ 67 ਨੰਬਰ ਜਿਨ੍ਹਾਂ ਦੇ ਹਨ ਜਾਂ ਇਸ ਤੋਂ ਬਾਅਦ ਨੰਬਰ ਹਨ ਉਹ ਆਪਣੇ ਕਾਉਂਸਲਿੰਗ ਵਸਤੇ ਜਾ ਸਕਦੇ ਹਨ bc ਦੀ ਇਹਨਾਂ ਦੀ ਜੋ ਕਿ ਕੱਟਆਫ ਹੈ sc ਨਾਲੋਂ ਘੱਟ ਹੀ ਗਈ ਹੈ ਤੇ scr ਨਾਲੋਂ ਤੇ ਇਹਨਾਂ ਦੀ ਜੋ ਕਿ 65 ਨੰਬਰ ਇਹਨਾਂ ਦੀ ਕੱਟਆਫ ਗਈ ਹੈ ਇੱਥੇ ਤੁਸੀਂ ਦੇਖ ਸਕਦੇ ਹੋ ESM ਜਰਨਲ ਸੈਲਫ 28 ਨੰਬਰ ਜਿਨ੍ਹਾਂ ਦੇ ਜੋ ਕਿ ਨੰਬਰ ਹਨ ਉਹ ਇਥੇ ਆਪਣੇ ਕਾਉਂਸਲਿੰਗ ਵਾਸਤੇ ਜਾ ਸਕਦੇ ਹਨ ESM SC M&B ਸੈਲਫ ਸਾਰੇ ਸੱਦੇ ਗਏ ਹਨ ਜਿੰਨੇ ਵੀ ਕੈਂਡੀਡੇਟ ਸੀ ਤੇ ਇਸ ਤੋਂ ਬਾਅਦ ਸਪੋਰਟਸ ਜਰਨਲ ਸਾਰੇ ਕੈਂਡੀਡੇਟ ਸੱਦੇ ਗਏ ਹਨ SC M&B ਸਪੋਰਟਸ ਇਹ ਵੀ ਸਾਰੇ ਸੱਦੇ ਗਏ ਹਨ ਤੇ SC RO ਐਂਡ ਸਪੋਰਟਸ ਸਾਰੇ ਸੱਦੇ ਗਏ ਹਨ ਫਰੀडम फाइਟਰ ਵੀ ਇਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕੈਂਡੀਡੇਟ ਨੂੰ ਬੁਲਾਇਆ ਗਿਆ ਹੈ ਤੇ ਗੱਲ ਕਰੀਏ ਲਾਇਬ੍ਰੇਰੀਨ ਜਿਨ੍ਹਾਂ ਨੇ ਪੋਸਟ ਲਈ ਫਾਰਮ ਨੂੰ ਭਰਿਆ ਸੀ ਪਹਿਲੀ ਸਕੂਲ ਲਾਇਬ੍ਰੇਰੀਨ ਸੀ ਇਹ ਇਕੱਲਾ ਲਾਇਬ੍ਰੇਰੀਨ ਦੀ ਪੋਸਟ ਵਾਸਤੇ ਇੱਥੇ ਐਗਜ਼ਾਮ ਲਿਆ ਗਿਆ ਸੀ ਇੱਥੇ ਕੈਟਾਗਰੀ ਜੋ ਕਿ ਐਸਸੀ ਅਤੇ ਬੀਸੀ ਵਾਸਤੇ ਸੀ ਤੇ ਅਸੀਂ ਆਰਓ ਦੀ ਤੁਸੀਂ ਕੱਟਆਫ ਦੇਖ ਸਕਦੇ ਹੋ 65 ਨੰਬਰ ਇਹ ਨਦੀ ਜੋ ਕਿ ਕਟ-ਆਫ ਗਈ ਹੈ ਤੇ ਕੋਲੋ ਉਮੀਦਵਾਰ ਇਹਨਾਂ ਨੇ ਦੋ ਹੀ ਸੱਦੇ ਗਏ ਹਨ ਕਾਉਂਸਲਿੰਗ ਵਾਸਤੇ ਬੀਸੀ ਦੀ ਦੇਖ ਸਕਦੇ ਹੋ ਕਿ 60 ਇਹਨਾਂ ਦੀ ਟੋਟਲ ਕਟ-ਆਫ ਗਈ ਹੈ ਤੇ ਇੱਥੇ ਵੀ ਇਹਨਾਂ ਨੇ ਦੋ ਉਮੀਦਵਾਰੀ ਸਦੇ ਹਨ ਕਾਉਂਸਲਿੰਗ ਵਾਸਤੇ ਤੇ ਇੱਥੇ ਤੁਸੀਂ ਥੱਲੇ ਦੇਖ ਸਕਦੇ ਹੋ ਕਿ ਸਾਰੇ ਆਪਣੇ ਅਸਲ ਦਸਤਾਵੇਜ਼ ਤੇ ਆਪਣੇ ਸਾਰੇ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਤੁਸੀਂ ਲੈ ਕੇ ਆਣਾ ਹੈ ਤੇ ਇਹਨਾਂ ਦੀ ਜੋ ਕਿ ਐਡਰੈਸ ਉੱਤੇ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਤੁਸੀਂ ਕਾਉਂਸਲਿੰਗ ਵਾਸਤੇ ਕਿੱਥੇ ਜਾਣਾ ਹੈ ਤੇ ਇੱਥੇ ਤੁਸੀਂ ਇਹਨਾਂ ਦੇ ਡਾਕੂਮੈਂਟ ਦੇਖ ਸਕਦੇ ਹੋ ਅਨਕਸ਼ਰ A ਅਤੇ ਅਨਕਸ਼ਰ B ਜੋ ਵੀ ਇਹਨਾਂ ਦੇ ਫਾਰਮ ਹਨ ਇਹਨਾਂ ਨੂੰ ਤੁਸੀਂ ਲੈ ਕੇ ਜਾਣਾ ਹੈ ਉਹ ਸਾਰੇ ਫਾਰਮ ਥੱਲੇ ਦੱਸੇ ਗਏ ਹਨ ਤੇ ਦੋਸਤੋ ਇਹਨਾਂ ਸਾਰੇ ਫਾਰਮਾਂ ਨੂੰ ਤੁਸੀਂ ਜੋ ਕਿ ਪ੍ਰਿੰਟ ਆਊਟ ਨਿਕਲਵਾ ਕੇ ਖੁਦ ਭਰਨਾ ਹੈ ਦੋ ਤਿੰਨ ਪੇਜ ਹਨ ਤੇ ਇਹਨਾਂ ਸਾਰਿਆਂ ਨੂੰ ਭਰ ਕੇ ਤੁਸੀਂ ਜਦੋਂ ਕਾਉਂਸਲਿੰਗ ਵਾਸਤੇ ਜਾਣਾ ਹੈ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਣਾ ਹੈ ਤੇ ਦੋਸਤੋ ਆਈ ਹੋਪ ਤੁਸੀਂ ਅੱਜ ਦੀ ਇਸ ਸਾਰੀ ਵੀਡੀਓ ਨੂੰ ਜ਼ਰੂਰ ਦੇਖਿਆ ਹੋਗਾ ਤੇ ਪਲੀਜ਼ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈ ਹਿੰਦ ਜੈ ਵਾਰ